ਜਨੋਤੇ ਮਿੱਤਰੋ ਜੁਮਾਤੁਲ ਮੁਬਾਰਕ ਦਾ ਖਾਸ ਦਿਨ ਸੀ ਤੇ ਧੁੱਪ ਵੀ ਸੀ ਅਰੂਜ ਤੇ ਮੱਖਣ ਵਰਗੇ ਮੱਲੇ ਦੀ ਹੱਟੀ ਦੇ ਉੱਤੇ ਰਿਆਜ਼ ਸਾਹਿਬ ਨੇ ਲਾਇਆ ਸੀ ਠੰਡਾ ਠੰਡਾ ਗੋਲਾ ਜਿਹਨੇ ਜਿਹਨੇ ਖਾਣਾ ਤੇ ਦਵਾ ਦਵਾ ਆਈ। ਮੈਂ ਦੇਖਾਂ ਯੰਗ ਸਟਾਰ ਮੁੰਡਿਆਂ ਨੂੰ ਹੋ ਗਈ ਸਕੂਲੋਂ ਛੁੱਟੀ ਤੇ ਹੁਣ ਜਾ ਕੇ ਕਰੂੰਗੇ ਆਪਣੀਆਂ ਮਾਵਾਂ ਨੂੰ ਤੰਗ। ਅੱਲਾ ਖੈਰ, ਨਾਈਸ ਮੁੰਡਾ ਵੀ ਪਹੁੰਚ ਗਿਆ ਹਮਾਮ ਦੇ ਵਿੱਚ। ਦੇਖਿਆ ਤੇ ਅੱਗੇ ਖਾਸਾ ਰਾਸ ਸੀ। ਮੈਂ ਕਿਹਾ ਜ਼ਰਾ ਟਿਪ ਟਾਪ ਹੋ ਜਾਈਏ ਯਾਰ। ਅਖੀਰ ਜੀ 20 ਮਿੰਟ ਬਾਅਦ ਨਾਈਸ ਮੁੰਡੇ ਦਾ ਵੀ ਲੱਗਿਆ ਨੰਬਰ। ਮੈਂ ਕਿਹਾ ਜ਼ਰਾ ਵਾਲ ਛਾਲ ਕਟਾ ਲਈਏ ਕਿਉਂਕਿ ਜੁਮੇ ਦਾ ਯਾਰ ਦਿਨ। ਇਧਰੋਂ 5 ਮਿੰਟ ਤੇ 20 ਸੈਕਿੰਡ ਬਾਅਦ ਰਾਜੇ ਅਸਦ ਨੇ ਮਾਸ਼ਾਅੱਲਾ ਕਰਤਾ ਮੀਆਂ। ਇਧਰੋਂ ਵਾਪਸੀ ਮੇਰੀ ਮੁਲਾਕਾਤ ਹੋਈ ਜ਼ਾਹਦ ਸਾਹਿਬ ਵਾਪਟਾਲੇ ਨਾਲ। ਮੈਂ ਕਿਹਾ ਭਾਜੀ ਕਿਹਨਾਂ ਦੇ ਮੀਟਰ ਲਾ ਲਿਆ, ਮੇਰਾ ਤੇ ਨਹੀਂ ਲਾਇਆ। ਕਹਿੰਦਾ ਨਹੀਂ ਨਹੀਂ। ਮੈਂ ਆਇਆ ਘਰ ਦੇਖਿਆ ਤੇ ਇੱਥੇ ਘਰ ਦੇ ਮੂਹਰੇ ਬੈਠੇ 2 ਬੱਕਰੇ। ਮੈਂ ਕਿਹਾ ਇਹਨਾਂ ਦਾ ਕਰੀਏ ਆਪਰੇਸ਼ਨ ਘਰ ਵੜ ਕੇ ਹੀ। ਸਮਾਨ ਨਾਲ ਦੇਖਿਆ, ਮੈਂ ਕਿਹਾ ਨਹੀਂ ਯਾਰ, ਅੱਲਾ ਦੇਖਦਾ ਇਹਨਾਂ ਨੂੰ ਬਖਸ਼ ਦੋ ਯਾਰ। ਅੱਜ ਘਰ ਪਹੁੰਚਿਆ ਤੇ ਦੇਖਿਆ ਹਮਜਾ ਸਾਹਿਬ ਲੱਗੇ ਹੋਏ ਟਿਕ ਟੋਕ ਚਲਾਉਣ। ਮੈਂ ਕਿਹਾ ਹਮਜਾ ਸਾਹਿਬ ਮਰਜ਼ੀ ਆ ਤੁਹਾਡੀ, ਹਰ ਟਾਈਮ ਲੱਗੇ ਰਹਿੰਦੇ ਆ ਟਿਕ ਟੋਕ। ਮਿੱਤਰੋ ਨਹਾ ਧੋ ਕੇ ਮਾਸ਼ਾਅੱਲਾ ਜੁਮੇ ਦੀ ਕੀਤੀ ਆ ਤਿਆਰੀ। ਮੈਂ ਕਿਹਾ ਚਲੀਏ ਦਵਾ ਦਾ ਮਸਜਿਦ। ਮਿੱਤਰੋ ਇਮਾਮ ਸਾਹਿਬ ਤੋਂ ਪਹਿਲੇ ਪਹੁੰਚੋ ਤੇ ਇੱਕ ਊਂਟ ਦੀ ਕੁਰਬਾਨੀ ਦੀ ਲੱਭਦਾ ਸਵਾਬ। ਅੱਬਾ ਹਜ਼ੂਰ ਵੀ ਮਾਸ਼ਾਅੱਲਾ ਪਹਿਲੇ ਬੈਠੇ ਸੀ। ਤਖੀਰ ਮੇਰੀ ਮਸਜਿਦ ਦੇ ਮਾਮੋ ਖਤੀਬ ਹਾਫਿਜ਼ ਮੁਦੱਸਰ ਸਾਹਿਬ ਆ ਗਏ ਸੀ ਮਸਜਿਦ ਦੇ ਵਿੱਚ ਤੇ ਕਰਤਾ ਸੀ ਬਿਆਨ ਸ਼ੁਰੂ। ਨਮਾਜ਼ ਜੁਮਾ ਪੜ੍ਹ ਕੇ ਹੋਏ ਆ, ਫਾਰਕ ਜਾ ਰਹੇ ਆ ਘਰ, ਬੜੀ ਭੁੱਖ ਲੱਗੀ ਆ। ਦੇਖਿਆ ਤੇ ਹਮਜਾ ਸਾਹਿਬ ਮਾਸ਼ਾਅੱਲਾ ਜੀ ਜੁੜੇ ਹੋਏ ਚੌਲਾਂ ਨੂੰ। ਮੈਂ ਕਿਹਾ ਹਮਜਾ ਸਾਹਿਬ ਹੱਥ ਹੋਲਾ ਰੱਖੋ ਜਨਾਬ, ਖਲੋ ਜਾਓ, ਸਬਰ ਨਾਲ ਖਾ ਲਓ ਯਾਰ। ਪਤਾ ਮਿੱਤਰੋ ਜੁਮੇ ਵਾਲੇ ਤਾਂ ਨਾਈਸ ਮੁੰਡੇ ਦੇ ਘਰ ਪੱਕਦੇ ਸੀ ਚਾਵਲ, ਜਿਹੜਾ ਕੱਲ ਆਪਾਂ ਕੱਟਾ ਲੈ ਕੇ ਆਏ ਸੀ ਉਹ ਕੱਟੇ ਸ਼ਰੀਫ ਵਾਲੇ ਬਣਿਆ ਚੌਲ। ਤਖੀਰ ਜੀ ਚਾਵਲ ਖਾ ਕੇ ਹੋਏ ਆ ਫਾਰਕ ਤੇ ਮੈਂ ਕਹਿੰਦਾ ਜਾ ਸਵਾਦ ਸਾਰੇ ਆ ਗਿਆ। ਮਿੱਤਰੋ ਮੁੜ ਕੇ ਮੈਂ ਆ ਗਿਆ ਆਪਣੇ ਆਫਿਸ ਦੇ ਵਿੱਚ, ਏਸੀ ਕੀਤਾ 5 ਦੇ ਉੱਤੇ। ਮੈਂ ਕਿਹਾ ਝੱਟ ਦੁਪਹਿਰ ਨੂੰ ਯਾਰ ਅੱਖ ਲਾ ਲਈ। ਤੇ ਮਿੱਤਰੋ ਅਮਾਨ ਨਾਲ ਤੁਸੀਂ ਗਰਮੀ ਦਾ ਅੰਦਾਜ਼ਾ ਇਹਨਾਂ ਨਿਆਣਿਆਂ ਨੂੰ ਦੇਖ ਕੇ ਲਾ ਲਓ। ਮੱਲੇ ਦੇ ਵਿੱਚ ਬਹਿ ਗਿਆ ਜੀ ਝਰ ਰਹੀ। ਹੋ ਗਿਆ ਸੀ ਨਮਾਜ਼ ਅਸਰ ਦਾ, ਯਾਰਾਂ ਨੇ ਅਦਾ ਕੀਤੀ ਨਮਾਜ਼। ਯਾਰ ਮਿੱਤਰੋ ਤੁਸੀਂ ਵੀ ਜ਼ਰੂਰ ਪੜਿਆ ਕਰੋ। ਤੋਂ ਬਾਅਦ ਯਾਰ ਹੁਣੇ ਪਹੁੰਚ ਗਏ ਮੇਨ ਬਾਜ਼ਾਰ। ਮੈਂ ਦੇਖਿਆ ਮੇਰਾ ਮੱਖਣ ਵਰਗਾ ਯਾਰ ਬਾਬਾ ਗਫੂਰ ਕੱਲਾ ਹੀ ਬੈਠਾ ਕੁਰਸੀ ਤੇ। ਯਾਰ ਬਾਬਾ ਕਾਹਦੇ ਕੱਲਾ ਪਵੇ, ਨਾਈਸ ਮੁੰਡਾ ਜੋ ਆ ਗਿਆ ਮੇਨ ਬਾਜ਼ਾਰ, ਮੈਂ ਵੀ ਆ ਕੇ ਬਾਬਿਆਂ ਦੇ ਕੋਲ ਬਹਿ ਗਿਆ। ਤੁਹਾਨੂੰ ਪਤਾ ਦੁੱਖ ਸੁੱਖ ਫੁੱਲ ਨੇ ਜ਼ਿੰਦਗੀ 'ਚ ਬਹੁਤ ਜ਼ਰੂਰੀ ਆ। ਲੈ ਮਿੱਤਰੋ ਮੇਨ ਬਾਜ਼ਾਰ 'ਚ ਬਹਿ ਕੇ ਤਾਂ ਕਿਆ ਬਾਤ। ਮੈਂ ਆਇਆ ਘਰ, ਦੇਖਿਆ ਅੱਬਾ ਹਜ਼ੂਰ ਡੀਲਿੰਗ ਕਰੇ ਜੀ ਖਰਬੂਜੇ ਵਾਲੇ ਨਾਲ। ਮੈਂ ਕਿਹਾ ਅੱਬਾ ਲੈ ਲਾ ਯਾਰ ਕਿਲੋ ਕੁ ਲੈਣੇ ਆ। ਤੇ ਨਾਈਸ ਮੁੰਡਾ ਚੜਿਆ ਜੀ ਸਕੂਟਰ ਦੇ ਉੱਤੇ, ਠੰਡੀਆਂ ਹਵਾਵਾਂ ਮੈਂ ਕਿਹਾ ਰੋਡਾਂ ਦੇ ਉੱਤੋਂ ਜਾ ਕੇ ਲੈ ਕੇ ਆਈਏ। ਹਾਂਜੀ, ਮੈਨੂੰ ਇੱਕ ਆ ਗਿਆ ਨਲਕਾ ਨਜ਼ਰ, ਜਿੱਥੇ ਤੁਹਾਨੂੰ ਪਤਾ ਨਲਕਾ ਨਜ਼ਰ ਆ ਜਾਵੇ ਨਾਈਸ ਮੁੰਡੇ ਦੀ ਲੱਗ ਜਾਂਦੀ ਉੱਥੇ ਬ੍ਰੇਕ। ਤਰਾਂ ਕਿ ਤੁਹਾਨੂੰ ਪਤਾ ਹਰ ਸ਼ਾਮ ਦਾ ਡੁੱਬਦਾ ਸੂਰਜ ਨਾਈਸ ਮੁੰਡਾ ਆਪ ਹੀ ਦੇਖਦਾ, ਧੰਨ ਵੀ ਦਿਖਾਉਂਦਾ ਦੇਖ ਲਓ। ਤੇ ਮਿੱਤਰੋ ਸ਼ਾਮ ਦੇ ਟਾਈਮ ਪਿੰਡ ਥਾਂ ਦੇ ਮੁੰਡੇ ਮਾਸ਼ਾਅੱਲਾ ਜੀ ਆ ਨਿੱਕੇ ਜਿਹੇ ਗਰਾਊਂਡ ਦੇ ਵਿੱਚ ਆ ਜਾਂਦੇ ਆ ਖੇਡਣ ਤੇ ਮੈਂ ਆ ਗਿਆ ਦੇਖ ਲਓ। ਤੇ ਮਿੱਤਰੋ ਯਕੀਨ ਮੰਨੋ ਮੈਨੂੰ ਤਾਂ ਬਹੁਤ ਗਰਮੀ ਲੱਗਦੀ ਆ ਤੇ ਅੱਜ ਗਰਮੀ ਹੈ ਵੀ ਅਖੀਰ ਦੀ ਸੀ। ਉੱਥੇ ਬੈਠੇ ਮੇਰੀ ਨਜ਼ਰ ਪਈ ਨਿਆਣਿਆਂ ਤੇ। ਮੈਂ ਕਿਹਾ ਯਾਰ ਦੇਖ ਲਓ ਇਹਨਾਂ ਨੂੰ, ਨਾ ਕੋਈ ਟੈਨਸ਼ਨ ਨਾ ਕੋਈ ਮਸਲਾ, ਕਿਆ ਹੀ ਜ਼ਿੰਦਗੀ ਆ ਯਾਰ। ਨਾਨ ਭਾਈ ਮੇਰੇ ਨਾਲ ਮੁਹੱਬਤ ਅਖੀਰ ਦੀ ਕਰਦੇ। ਮੈਂ ਆਇਆ ਪੈਟਰੋਲ ਪਵਾਉਣ, ਨਾਲ ਹੀ ਠੰਡਾ ਜਿਹਾ ਲੈ ਕੇ ਆਏ ਮੇਰੇ ਵਾਸਤੇ। ਯਕੀਨ ਮੰਨੋ ਆਵਾਮ ਦੀ ਬਹੁਤ ਜ਼ਿਆਦਾ ਮੁਹੱਬਤ ਆ ਮੇਰੇ ਨਾਲ। ਅੱਲਾ ਪਾਕ ਸਾਰਿਆਂ ਨੂੰ ਖੁਸ਼ ਰੱਖੇ। ਟਾਈਮ ਹੋ ਗਿਆ ਨਮਾਜ਼ੇ ਮਗਰਬ ਦਾ, ਦਵਾ ਦਵਾ ਆਇਆ ਮਸਜਿਦ ਦੇ ਵਿੱਚ ਤੇ ਦੇਖਿਆ ਜਮਾਤ ਖਲੋ ਗਈ ਸੀ। ਮੈਂ ਕਿਹਾ ਯਾਰ ਬਣ ਲਈਏ ਨਹੀਂ। ਫਿਰ ਆਈ ਹਨਾਨ ਭਾਈ ਦੀ ਕਾਲ, ਕਹਿੰਦਾ ਦਵਾ ਦਵਾ ਦੁਕਾਨ ਤੇ ਆਏ, ਤੁਹਾਡਾ ਨਾ ਉੱਥੇ ਕੰਮ। ਜਿਹਨੂੰ ਤੇ ਮਿੱਤਰੋ ਯਕੀਨ ਮੰਨੋ ਹਨਾਨ ਭਾਈ ਦੀ ਦੁਕਾਨ ਤੇ ਮਾਸ਼ਾਅੱਲਾ ਜੀ ਰੌਣਕਾਂ ਲੱਗੀ ਰਹਿੰਦਾ, ਯਾਰ ਬਿੱਲੀ ਬੈਠੀ ਰਹਿੰਦੀ। ਤੋਂ ਨਿਕਲਿਆ ਬਾਹਰ ਆ ਯੰਗ ਸਟਾਰ ਮੁੰਡੇ, ਕਹਿੰਦੇ ਸੀ ਤੁਹਾਡੀ ਵੀਡੀਓ ਦੇਖਦੇ ਆ, ਸਾਡਾ ਕਲਿੱਪ ਲੈ ਲਓ। ਮੈਂ ਕਿਹਾ ਬਿਸਮਿਲ੍ਲਾ ਵੀਰੇ ਹੁਣ ਮਿੱਤਰੋ ਅੱਜ ਵਾਸਤੇ ਇੰਨਾ ਹੀ। ਮੈਂ ਉਮੀਦ ਕਰਦਾ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਣੀ ਆ। ਪਸੰਦ ਆਵੇ ਸੋਹਣਾ ਜਿਹਾ ਲਾਈਕ ਤੇ ਮਿੱਠਾ ਜਿਹਾ ਕਮੈਂਟ ਕਰ ਦਿਓ। ਆਪਣਾ ਖਿਆਲ ਰੱਖਿਓ, ਨਮਾਜ਼ ਕਾਇਮ ਕਰਿਓ। ਪਾਕਿਸਤਾਨ ਜ਼ਿੰਦਾਬਾਦ।